ਜੇ ਆਪਾਂ ਪਾਸ ਹੋਣਾ ਚਾਹੁੰਦੇ ਹਾਂ ਨਾ ਮੈਥ ਦੇ ਪੇਪਰ 'ਚ, ਤਾਂ ਆਪਾਂ ਨੂੰ ਰੱਜ ਕੇ ਤਿਆਰੀ ਕਰਨੀ ਪਊਗੀ, ਨਹੀਂ ਤਾਂ ਫਿਰ ਉਹੀ ਹਾਲ ਹੋਊਗਾ ਜੇ ਮੁੰਡਿਆਂ ਦਾ ਹੋਇਆ। ਆਪਾਂ ਚੈਪਟਰ 3 ਅੰਡਰਸਟੈਂਡਿੰਗ ਕੁਆਡ੍ਰੀਲੇਟਰਲਸ ਚਤੁਰਭੁਜਾਵਾਂ ਨੂੰ ਸਮਝਣਾ ਐਕਸਰਸਾਈਜ਼ ਨੰਬਰ 3.1 ਦਾ 11 ਸਵਾਲ ਕਰਾਂਗੇ। ਇਹ ਬੁੱਕ 'ਚ ਤੁਹਾਡੇ 11 ਨੰਬਰ ਸਵਾਲ ਤੇ ਲਿਖਿਆ ਹੋਇਆ। ਚਤੁਰਭੁਜ ਸਮਾਂਤਰ ਚਤੁਰਭੁਜ ਦੀ ਆਪਾਂ ਗੱਲ ਕਰਦੇ ਪਏ ਸੀ, ਉਹਦੇ ਚ ਆਪਾਂ ਹੁਣ ਤੱਕ ਸਭ ਤੋਂ ਪਹਿਲਾਂ 5 ਪੁਆਇੰਟ ਕੀਤੇ ਸੀ। ਉਹ 5 ਪੁਆਇੰਟ ਜੋ 3 ਪੁਆਇੰਟ ਨਾਲ ਸੰਬੰਧਿਤ ਆਪਾਂ ਸਵਾਲ ਕੀਤੇ ਸੀ। ਜੇ ਆਪਾਂ ਇੱਕ ਵਾਰ ਰਿਵਾਈਜ਼ ਕਰੀਏ ਕੀ ਪੁਆਇੰਟ ਕੀਤਾ ਸੀ ਕਿ ਸਮਾਂਤਰ ਚਤੁਰਭੁਜ ਦੀਆਂ ਆਮਣੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ, ਉਹਦੇ ਨਾਲ ਦੇ ਸਵਾਲ ਕੀਤੇ ਸੀ ਨਾ। ਫਿਰ ਦੂਜਾ ਕੀਤਾ ਸੀ ਕਿ ਸਮਾਂਤਰ ਚਤੁਰਭੁਜ ਦੇ ਆਮਣੇ ਸਾਹਮਣੇ ਵਾਲੇ ਕੋਣ ਕੀ ਹੁੰਦੇ ਆ, ਉਹਦੇ ਨਾਲ ਰਿਲੇਟਿਡ ਵੀ ਸਵਾਲ ਕਰ ਲਏ। ਫਿਰ ਇੱਕ ਕੀਤਾ ਸੀ ਕਿ ਸਮਾਂਤਰ ਚਤੁਰਭੁਜ ਜਿਹੜੇ ਨਾਲ ਨਾਲ ਵਾਲੇ ਗੁਆਂਢੀ ਕੋਣ ਹੁੰਦੇ ਆ ਉਹਨਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ, ਉਹਦੇ ਨਾਲ ਰਿਲੇਟਿਡ ਸਵਾਲ ਵੀ ਕੀਤੇ। ਹੁਣ ਜਿਹੜਾ ਅਖੀਰਲਾ ਪੁਆਇੰਟ ਸੀ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੋ ਭਾਜਿਤ ਕਰਦੇ ਆ, ਮਤਲਬ ਡਾਇਗਨਲਸ ਆਫ ਏ ਪੈਰਲੋਗ੍ਰਾਮ ਬਾਇਸੈਕਟ ਈਚ ਅਦਰ। ਹੁਣ ਉਹਦੇ ਨਾਲ ਰਿਲੇਟਿਡ ਸਵਾਲ ਕਰ, ਸਭ ਤੋਂ ਪਹਿਲਾਂ ਡਾਇਗਨਲਸ ਜਿਹਨੂੰ ਕਹਿੰਦੇ ਆ, ਆਪਾਂ ਪਹਿਲਾਂ ਵੀ ਕੀਤਾ ਸੀ, ਇੱਕ ਚਤੁਰਭੁਜ ਚੌੜਾ ਜੱਬਾ ਜਿਸਦੇ ਅੰਦਰ ਦੇ ਆਮਣੇ ਸਾਹਮਣੇ ਵਾਲੇ ਬਿੰਦੂਆਂ ਨੂੰ ਜੋੜਨਾ ਪਵੇ। ਹੁਣ ਆ ਮੇਰੀ ਲਾਈਨ ਗਲਤ ਹੈ, ਇਸ ਤੇ ਇਹ ਸਾਹਮਣੇ ਸਾਹਮਣੇ ਵਾਲਾ ਬਿੰਦੂ ਹੈ ਨਾ, ਕੋਣ ਹੈ ਨਾ, ਇਹਨੂੰ ਆਹ ਲਾਈਨ ਨਾਲ ਜੋੜਿਆ ਨਾ, ਇਸ ਲਾਈਨ ਨੂੰ ਪੰਜਾਬੀ ਚ ਵਿਕਰਨ, ਇੰਗਲਿਸ਼ ਚ ਡਾਇਗਨਲ ਕਹਿੰਦੇ। ਸਮਝ ਲੱਗ ਗਈ, ਉਵੇਂ ਦੂਜਾ ਵਿਕਰਨ ਜਾਂ ਡਾਇਗਨਲ ਕੀ ਹੋ ਗਿਆ, ਆਰ। ਸਮਝ ਲੱਗ ਗਈ, ਹੁਣ ਆ ਦੋਵੇਂ ਵਿਕਰਨ ਡਾਇਗਨਲ ਇੱਕ ਦੂਜੇ ਨੂੰ ਕੱਟਦੇ ਪਏ ਆ ਇੱਥੇ, ਜੇ ਕੱਟਦੇ ਪਏ ਆ ਤਾਂ ਉਹ ਕਹਿੰਦਾ ਇਹੀ ਖਾਸੀਅਤ ਹੈ ਕਿ ਇਹ ਦੋਵੇਂ ਵਿਕਰਨ ਜਿੱਥੇ ਕੱਟਦੇ ਆ ਉੱਥੇ 90 ਡਿਗਰੀ ਦਾ ਕੋਣ ਬਣਦਾ। ਦੂਜੀ ਗੱਲ, ਇਹ ਕੱਟਣ ਨਾਲ ਆ ਪੂਰੇ ਵਿਕਰਨ ਦੇ ਦੋ ਹਿੱਸੇ ਹੋ ਗਏ, ਤੇ ਦੋਵੇਂ ਹਿੱਸੇ ਆਪਸ ਚ ਕੀ ਹੋਣਗੇ, ਬਰਾਬਰ। ਐਵੇਂ ਇਸ ਵਿਕਰਨ ਦੇ ਵੀ ਦੋ ਹਿੱਸੇ ਹੋਣਗੇ ਨਾ, ਤੇ ਦੋਵੇਂ ਹਿੱਸਿਆਂ ਦੀ ਲੰਬਾਈ ਆਪਸ ਚ ਕੀ ਹੋਊਗੀ, ਬਰਾਬਰ। ਜੇ ਬਰਾਬਰ ਹੋ ਗਈ ਫਿਰ ਇਸਦਾ ਮਤਲਬ ਆ ਹਿੱਸਾ ਇਹਦੇ ਬਰਾਬਰ ਹਨਾ, ਤੇ ਆ ਹਿੱਸਾ ਇਹਦੇ ਬਰਾਬਰ, ਉਦੋਂ ਆਪਾਂ ਐਕਸ ਤੇ ਵਾਈ ਦਾ ਮੁੱਲ। ਸਮਝ ਲੱਗ ਗਈ, ਇਹ ਸਮੀਕਰਨਾਂ ਹੱਲ ਕਰਨੀਆਂ ਆਪਾਂ ਨੂੰ ਆਉਂਦੀਆਂ ਕਿ ਨਹੀਂ ਆਉਂਦੀਆਂ, ਸਮਝ ਲੱਗ ਗਈ। ਤਾਂ ਹੁਣ ਕੀ ਕਰਾਂਗੇ, ਕੀ ਲਿਖਾਂਗੇ ਕਿ ਸਮਾਂਤਰ ਚਤੁਰਭੁਜ ਦੇ ਵਿਕਰਨ, ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੋ ਭਾਜਿਤ ਕਰਦੇ ਹਨ, ਇੱਕ ਦੂਜੇ ਨੂੰ ਸਮਦੋ ਭਾਜਿਤ ਕਰਦੇ ਹਨ। ਇੰਗਲਿਸ਼ ਲਿਖਾਂਗੇ ਡਾਇਗਨਲਸ ਆਫ ਏ ਪੈਰਲੋਗ੍ਰਾਮ, ਇਹ ਡਾਇਗਨਲਸ ਆਫ ਏ ਪੈਰਲੋਗ੍ਰਾਮ ਬਾਇਸੈਕਟ ਬਰਾਬਰ ਆਊਗਾ, ਚੌਵੀ ਲਾਈਨ ਇਸ ਹਿੱਸੇ ਦੇ ਬਰਾਬਰ ਹੋਊਗੀ,
ਯਾਨੀ ਕਿ 5x - 1=24 ਹੁਣ ਤੁਸੀਂ ਆ ਚੀਜ਼ ਹੱਲ ਕਰਨੀ ਸਿੱਖੀ ਹੈ। ਹਾਂਜੀ ਹੁਣ ਦੱਸੋ ਇੱਕ ਕਿੱਦਾਂ ਲੈ ਕੇ ਜਾਓਗੇ, ਦੂਜੀ ਸਾਈਡ ਕੀ ਬਦਲੂਗੀ? ਨਿਸ਼ਾਨ। ਯਾਨੀ ਕਿ 5x = 24 + 1 ਕਿੱਦਾਂ ਹੋ ਗਿਆ? 4y + 3 ਦੂਜੇ ਪਾਸੇ ਜਾਊਗਾ ਤਾਂ ਕੀ ਬਣ ਜੂਗਾ? -3। ਹਾਂਜੀ 19 - 3 ਕਿੰਨਾ ਹੋ ਗਿਆ? 16 ਜੀ। 4 ਕਿੱਥੇ ਜਾਊਗਾ? ਥੱਲੇ। 16 + 4 = 4 ਇਹ ਸਵਾਲ ਸਮਝ ਲੱਗ ਗਿਆ? ਇਸਤੇ ਹੁਣ ਆਪਾਂ ਸਮਾਨਤਾ ਚਤੁਰਭੁਜ ਦਾ ਕਿਹੜਾ ਪੁਆਇੰਟ ਵਰਤੇ ਹੈ ਕਿ ਜਿਹੜੇ ਆਪਸ ਚ ਬਾਇਸੈਕਟ ਟੀਚਰ ਦਾ ਅੱਧਾ ਅੱਧਾ ਹਿੱਸਾ ਆਪਸ ਕੀ ਹੁੰਦਾ? ਬਰਾਬਰ।